ਸੰਗਰੂਰ ਦੇ ਘਾਬਦਾਂ ਵਿਖੇ ਮੈਰੀਟੋਰੀਅਸ ਸਕੂਲ ਦੇ ਵਿੱਚ ਦੇਰ ਸ਼ਾਮ ਇੱਕ ਮੰਦਭਾਗੀ ਘਟਨਾ ਵਾਪਰੀ ਆ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਕੂਲ ਦੇ ਹੋਸਟਲ ਦੇ ਵਿੱਚ 12ਵੀਂ ਕਲਾਸ 'ਚ ਪੜ੍ਹਦੇ ਇੱਕ ਬੱਚੇ ਜਿਸ ਦਾ ਨਾਮ ਕਰਨ ਹੈ, ਸਕੂਲ ਦੇ ਵਿੱਚ ਹੀ ਉਸਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ। ਇੱਕ ਵੱਡੀ ਖਬਰ ਮੈਰੀਟੋਰੀਅਸ ਸਕੂਲ ਦੀ ਹੈ। ਇਹ ਉਹੀ ਸਕੂਲ ਆ ਜੋ ਕਿ ਪਿਛਲੇ 2 ਦਸੰਬਰ ਨੂੰ ਵੱਡੀਆਂ ਸੁਰਖੀਆਂ ਦੇ ਵਿੱਚ ਰਿਹਾ ਸੀ। ਬੱਚਿਆਂ ਨੂੰ ਜ਼ਹਿਰੀਲਾ ਖਾਣਾ ਇਸ ਸਕੂਲ ਦੇ ਵਿੱਚ ਖਵਾਇਆ ਗਿਆ ਸੀ। ਵੱਡੇ ਬਵਾਲ ਮਚੇ ਸੀ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਵੀ ਹੋਈ ਸੀ, ਪਰ ਤਕਰੀਬਨ 1 ਮਹੀਨੇ ਬਾਅਦ ਹੀ ਜਾ ਕੇ ਉਸੇ ਸਕੂਲ ਦੇ ਇੱਕ ਪੜ੍ਹਦੇ ਬੱਚੇ ਨੇ ਇੱਕ ਵੱਡਾ ਜਿਹੜਾ ਕਦਮ ਆ ਚੁੱਕ ਲਿਆ, ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ। ਦੇਰ ਸ਼ਾਮ ਉਹ ਬੱਚੇ ਦੇ ਮਾਤਾ ਪਿਤਾ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ, ਪੇਰੈਂਟਸ ਮੌਜੂਦ ਨੇ, ਗੱਲਬਾਤ ਕਰਦੇ ਆ। ਅਸਲ ਕੀ ਕਾਰਨ ਸੀ ਬਾਈ ਜੀ, ਕੀ ਨਾਮ ਆ ਤੁਹਾਡਾ ਜੀ? ਸਰਜੀਤ ਸਿੰਘ ਹੈ ਜੀ। ਸਰ, ਕਿਸ ਤਰੀਕੇ ਨਾਲ ਦੇਖਦੇ ਹੋ, ਤੁਹਾਨੂੰ ਹੁਣ ਤੱਕ ਕੀ ਜਾਣਕਾਰੀ ਮਿਲੀ ਹੈ, ਪੂਰੀ ਜਾਣਕਾਰੀ ਦੇ ਦਿਓ। ਮੈਨੂੰ ਤਾਂ ਇਹਨਾਂ ਨੇ ਕੋਈ ਜਾਣਕਾਰੀ ਹੀ ਨਹੀਂ ਦਈ ਹੈਗੀ। ਇਹਨਾਂ ਨੇ ਮੈਨੂੰ ਤਾਂ 6 ਵਜੇ ਫੋਨ ਕਰਿਆ, ਕਹਿੰਦੇ ਤੇਰੇ ਮੁੰਡੇ ਨੇ ਸੁਸਾਈਡ ਕਰ ਲਿਆ, ਕਹਿੰਦੇ ਤੁਸੀਂ ਆ ਜਾਓ। ਬਸ ਇੰਨੀ ਗੱਲ ਕਹਿ ਕੇ ਉਹਨੇ ਮੈਨੂੰ ਫੋਨ ਕੱਟਤਾ। ਅਸੀਂ ਆਏ ਹਾਂ ਜੀ, ਹੁਣ ਉਰੇ ਮੇਰਾ ਬੱਚਾ ਵੀ ਨਹੀਂ ਹੈਗਾ, ਇਹ ਕਹਿੰਦੇ ਹੋਸਪਿਟਲ ਲੈ ਗਏ, ਕੋਈ ਸਿਸਟਮ ਥੋੜ੍ਹੀ ਹੈ ਜੀ। ਤੁਹਾਨੂੰ ਕੀ ਦੱਸਿਆ ਗਿਆ ਸੀ ਸਕੂਲ ਦੇ ਵੱਲੋਂ ਜਦੋਂ ਤੁਹਾਨੂੰ ਮੈਸੇਜ ਫੋਨ ਕੀਤਾ ਗਿਆ ਸੀ, ਉਹ ਕੀ ਕੀਤਾ ਗਿਆ ਸੀ? ਕਹਿੰਦੇ ਵੀ ਤੇਰੇ ਮੁੰਡੇ ਨੇ ਸੁਸਾਈਡ ਕਰ ਲਿਆ, ਕਹਿੰਦੇ ਪੱਕੇ ਨਾਲ ਲਟਕ ਕੇ। ਮੈਨੂੰ ਹੋਰ ਕੁਛ ਨਹੀਂ ਕਿਹਾ ਇਹਨਾਂ ਨੇ, ਇੰਨੇ ਫੋਨ ਕੱਟਤਾ। ਉਸ ਤੋਂ ਪਹਿਲਾਂ ਤੁਹਾਨੂੰ ਕੀ ਕਿਹਾ ਕਿ ਮੈਨੂੰ ਤੁਸੀਂ ਦੱਸਿਆ ਕਿ ਟੀਚਰ ਦੇ ਵੱਲੋਂ ਕੰਪਲੇਂਟ ਕੀਤੀ? ਮੈਨੂੰ ਫੋਨ ਆਇਆ ਸੀ ਜੀ ਮੈਨੂੰ, ਹਾਂਜੀ, ਕਹਿੰਦੇ ਜੀ ਇਹ ਪੜ੍ਹਦਾ ਨਹੀਂ। ਹਾਂਜੀ, ਮੈਂ ਕੋਈ ਗੱਲ ਨਹੀਂ ਜੀ ਪੜ੍ਹ ਲੂਗਾ। ਹਾਂਜੀ, ਮੈਂ ਇਹਨੂੰ ਇੰਨੀ ਗੱਲ ਕਹੀ ਜੀ, ਮੈਂ ਜੀ ਕੀ ਹੋ ਗਿਆ? ਕਹਿੰਦੀ ਜੀ ਪੇਪਰ 'ਚੋਂ, ਇੱਕ ਪੇਪਰ 'ਚੋਂ ਨੰਬਰ ਬਹੁਤ ਘੱਟ ਨੇ, ਕਹਿੰਦੀ ਮੈਂ ਇਹਨੂੰ ਬਾਹਰ ਕੱਢ ਦੇਣਾ, ਜਾਣਿਆ ਮੈਂ ਇਹਨੂੰ ਕੁੱਟਣਾ ਹੈ। ਮੈਂ ਜੀ ਚਲੋ ਇਹਨੂੰ ਕੁੱਟਿਓ ਨਾ, ਨਾ ਇਹਨੂੰ ਬਾਹਰ ਕੱਢਿਓ, ਕੋਈ ਗੱਲ ਨਹੀਂ ਪੜ੍ਹ ਲਿਓ, ਇੱਕ ਪੇਪਰ ਦਾ ਕੀ ਹੁੰਦਾ ਜੀ? ਮੈਂ ਜੀ ਮੇਰੀ ਗੱਲ ਕਰਾ ਦਿਓ। ਕਹਿੰਦੀ ਆਹ ਖੜਾ, ਉਹਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ। ਮੈਂ ਕਿਸ ਤਰ੍ਹਾਂ, ਕਿਵੇਂ ਆ ਬੇਟਾ, ਠੀਕ ਹੈ? ਕਹਿੰਦਾ ਮੈਂ ਡੈਡੀ ਬਿਲਕੁਲ ਠੀਕ ਹਾਂ, ਮੈਨੂੰ ਇੱਕ ਪੇਪਰ 'ਚੋਂ ਨੰਬਰ ਘੱਟ ਆਏ ਨੇ। ਮੈਂ ਕੋਈ ਗੱਲ ਨਹੀਂ ਬੇਟਾ, ਇਹ ਐਤਕੀ ਘੱਟ ਆ ਗਏ, ਆ ਜਾਣਗੇ, ਕੋਈ ਗੱਲ ਨਹੀਂ। ਇੰਨੀ ਗੱਲ ਕਹਿ ਕੇ ਮੈਂ ਕਿਹਾ ਮੈਂ ਮੈਡਮ ਨਾਲ ਗੱਲ ਕਰਾਓ। ਉਹਨੇ ਟੀਚਰ ਕੌਣ ਸੀ ਜਿਨ੍ਹਾਂ ਦੇ ਵੱਲੋਂ? ਲੁਧਿਆਣੇ ਦੀ ਦੱਸਦੇ ਨੇ ਜੀ। ਕੋਈ ਸਬਜੈਕਟ ਕੀ ਆ, ਕੁਛ ਪਤਾ ਟੀਚਰ ਦਾ? ਇੰਚਾਰਜ ਬੱਚੇ ਦੀ ਹੋਈ ਆ। ਸਬਜੈਕਟ ਦਾ ਜੀ ਪਤਾ ਹੀ ਨਹੀਂ ਹੈਗਾ, ਉਹ ਜਿਹੜਾ ਪਹਿਲਾਂ ਪ੍ਰਿੰਸੀਪਲ ਸੀ ਉਹ ਸਸਪੈਂਡ ਹੋਇਆ ਹੈ, ਉਹਦੀ ਜਗ੍ਹਾ ਤੇ ਆਏ ਮੈਨੂੰ ਲੱਗਦਾ ਮੈਡਮ ਲੱਗੀ। ਤੁਹਾਨੂੰ ਫੋਨ ਕਿੰਨੇ ਵਜੇ ਆਇਆ ਸੀ ਹਾਦਸੇ ਬਾਰੇ? ਤੁਹਾਨੂੰ ਫੋਨ ਕਦੋਂ ਆਇਆ? ਮੈਨੂੰ 6 ਮੈਡਮ ਨੇ ਫੋਨ ਕਰੀ ਸੀ, 3:00 ਵਜੇ, 3:15 ਵਜੇ ਦਾ ਟਾਈਮ ਸੀ। 6:15 ਤੇ ਇਹਨਾਂ ਨੇ ਮੈਨੂੰ ਫੋਨ ਕਰਤਾ ਦੁਬਾਰਾ, ਕਹਿੰਦੇ ਤੇਰਾ ਮੁੰਡਾ ਸੁਸਾਈਡ ਕਰ ਗਿਆ ਜੀ। ਇਹ ਥੋੜ੍ਹੀ ਇਹ ਤਾਂ ਛੋਟੀ ਜਿਹੀ ਗੱਲ ਬਣਾ ਦਿੱਤੀ ਇਹਨਾਂ ਨੇ, ਕੋਈ ਸਿਸਟਮ ਥੋੜ੍ਹੀ ਹੈ ਜੀ। ਹੁਣ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਬੱਚੇ ਦੇ ਵੱਲੋਂ ਹੀ ਕਰਾਊਂਗਾ। ਮੈਡਮ ਨੂੰ ਪੁੱਛੋ ਉਹਨੇ ਕੀ ਕਰਿਆ ਕੀ ਨਹੀਂ ਕਰਿਆ, ਮੈਨੂੰ ਨਹੀਂ ਪਤਾ ਹੈਗਾ, ਬੁਲਾਓ ਇਹਨਾਂ ਨੂੰ। ਠੀਕ ਹੈ। ਮੈਡਮ ਕਹਿੰਦੀ ਮੈਂ ਲੁਧਿਆਣੇ ਜਾ ਰਹੀ ਹਾਂ, ਇਹ ਕੋਈ ਤੇਰੇ ਉਰੇ ਬੱਚਾ ਮਰ ਗਿਆ ਵਾ, ਉਹ ਸੋਚਦੀ ਲੁਧਿਆਣੇ ਫਿਰਦੀ ਹੈ, ਕੋਈ ਸਿਸਟਮ ਨਹੀਂ। ਮੈਂ ਫੋਨ ਕਰਿਆ, ਮੈਡਮ ਜੀ ਤੇਰੇ ਨਾਲ ਗੱਲ ਹੋਈ ਤੀ, ਮਾਂ ਕੀ ਗੱਲ ਹੋਈ ਹੈ? ਠੀਕ ਹੈ। ਕਹਿੰਦੀ ਜੀ ਮੈਨੂੰ ਤਾਂ ਆਪ ਨਹੀਂ ਪਤਾ, ਮੈਂ ਤਾਂ ਹੁਣ ਲੁਧਿਆਣੇ ਪਹੁੰਚੀ ਹਾਂ, ਕਹਿੰਦੇ ਐਂ ਕਹਿੰਦੇ ਬੱਚੇ ਨੇ ਸੁਸਾਈਡ ਕਰ ਲਿਆ। ਹੁਣ ਦੱਸੋ ਜੀ ਮੈਂ ਇਹਦੇ, ਮੈਂ ਕਿੱਥੇ ਜਾਵਾਂ? ਮੈਨੂੰ ਤਾਂ ਦੱਸੋ, ਮੈਨੂੰ ਕੋਈ ਸੰਤੁਸ਼ਟੀ ਤਾਂ ਦਵਾਵੇ। ਉਰੇ ਆ ਗਏ ਹੁਣ, ਕਹਿੰਦੇ ਬੱਚੇ ਨੂੰ ਹਸਪਤਾਲ ਲੈ ਗਏ। ਕੋਈ ਤੁਹਾਡੇ ਬੱਚੇ ਦੇ ਸੁਸਾਈਡ ਕਰਨ ਦਾ ਪਤਾ ਲੱਗਿਆ ਕਿ ਕਿਸ ਤਰੀਕੇ ਨਾਲ ਬੱਚੇ ਦੀ ਮੌਤ ਹੋਈ? ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਤਾਂ ਦੇਖੇ ਨਹੀਂ ਜੀ, ਮੈਨੂੰ ਕੋਈ ਪਤਾ ਨਹੀਂ ਕੁਛ, ਮੈਂ ਤਾਂ ਅੰਦਰ ਹੀ ਨਹੀਂ ਗਿਆ। ਇੱਕ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਗਏ ਨੌਜਵਾਨ ਦੇ ਵੱਲੋਂ ਸਕੂਲ ਦੇ ਅੰਦਰ ਸੁਸਾਈਡ ਕਰ ਲਿਆ ਗਿਆ, ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ, ਕੀ ਕਾਰਨ ਨੇ, ਕਿਉਂ ਇਹ ਖੌਫਨਾਕ ਕਦਮ ਬੱਚੇ ਦੇ ਵੱਲੋਂ ਚੱਕਿਆ ਗਿਆ? ਜਾਣਕਾਰੀ ਦੇਣ ਲਈ ਸਾਡੇ ਕੋਲ DSP ਮਨੋਜ ਗੌਰ ਸਿੰਘ ਮੌਜੂਦ ਨੇ। ਸਰ, ਕਿਸ ਤਰੀਕੇ ਨਾਲ ਦੇਖਦੇ ਹੋ, ਕੀ ਹਾਦਸਾ ਹੋਇਆ, ਅਸਲ ਕਾਰਨ ਕੀ ਬਣੇ ਨੇ? ਜੀ, ਅਸੀਂ ਅਸਲ ਕਾਰਨਾਂ ਦੀ ਜਿਹੜੀ ਹੈ ਜਾਂਚ ਕਰ ਰਹੇ ਹਾਂ। ਬੱਚਾ ਜਿਹੜਾ ਹੈਗਾ +2 ਕਾਮਰਸ ਦਾ ਬੱਚਾ ਸੀਗਾ, ਇਹਨਾਂ ਦੇ ਪ੍ਰੀ ਬੋਰਡ ਐਗਜ਼ਾਮ ਵਗੈਰਾ ਚੱਲ ਰਹੇ ਨੇ। ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨੇ ਉਹ ਐਗਜ਼ਾਮ ਦੇ ਚੱਲਦੇ ਜਿਵੇਂ ਵੀ ਸਿਸਟਮ ਹੈਗਾ ਛੁੱਟੀ ਵਗੈਰਾ ਗਏ ਹੋਏ ਨੇ, ਇਸ ਦੇ ਨਾਲ ਦੇ ਬੱਚੇ ਵੀ ਜਿਹੜੇ ਛੁੱਟੀ ਗਏ ਹੋਏ ਨੇ, ਅਤੇ ਇਹਨਾਂ ਦਾ ਜਿਹੜਾ ਹੈਗਾ ਅੱਜ ਕੋਈ ਐਗਜ਼ਾਮ ਸੀਗਾ ਪ੍ਰੀ ਬੋਰਡ ਦਾ, ਅਤੇ ਉਹ ਤੋਂ ਬਾਅਦ ਇਹ ਘਟਨਾ ਜਿਹੜੀ ਹੋਈ ਹੈ। ਸਰ, ਹੁਣ ਤੱਕ ਦੀ ਮੌਜੂਦਾ ਜਾਂਚ ਦੇ ਵਿੱਚ ਕੀ ਨਿਕਲ ਗਿਆ ਹੈ? ਸਰ, ਨਹੀਂ ਉਹੀ ਸੇਮ ਸਟੇਟਸ ਹੈ ਜੀ, ਇਹ ਪੇਰੈਂਟਸ ਆਏ ਨੇ ਇਹਨਾਂ ਨੂੰ ਲੈ ਕੇ ਹੁਣ ਦਿਖਾ ਰਹੇ ਹਾਂ, ਅਤੇ ਉਹੀ ਸੇਮ ਸਟੇਟਸ ਹੈ ਜਿਵੇਂ ਤੁਹਾਨੂੰ ਤੁਸੀਂ ਵੀ ਇਹਨਾਂ ਤੋਂ ਇੰਟਰੈਕਟ ਕੀਤਾ ਅਤੇ ਇਹਨਾਂ ਨੇ ਦੱਸਿਆ ਹੋਣਾ ਵੀ ਕੋਈ ਨੰਬਰ ਨੁੰਬਰ ਘੱਟ ਵਾਲੀ ਗੱਲ ਹੈਗੀ ਹੈ। ਬਾਕੀ ਇਹਨਾਂ ਦੀ ਸਟੇਟਮੈਂਟ ਦੇ ਹਿਸਾਬ ਨਾਲ ਜਿਹੜੀ ਹੈਗੀ ਅਗਲੀ ਗੱਲਬਾਤ ਕਰਾਂਗੇ।
ਤਾਂ ਬਿਲਕੁਲ ਪੁਲਿਸ ਮੌਕੇ ਦੇ ਉੱਪਰ ਮੌਜੂਦ ਆ। ਜਿਹੜੀ ਬੱਚੇ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਸੰਗਰੂਰ ਸਿਵਲ ਹੋਸਪਿਟਲ ਭੇਜ ਦਿੱਤੀ ਗਈ ਹੈ, ਪਰ ਇੱਕ ਵੱਡੀ ਅਤੇ ਜਿਹੜੀ ਘਟਨਾ ਹੈਗੀ ਆ ਉਹ ਇਸ ਵਕਤ ਵਾਪਰੀ ਆ ਕਿ ਜਿਹੜੇ ਪੇਰੈਂਟਸ ਹੈਗੇ ਨੇ ਕਾਫੀ ਜ਼ਿਆਦਾ ਕਾਰਵਾਈ ਦੀ ਮੰਗ ਕਰ ਰਹੇ ਨੇ, ਦੁਖੀ ਲੱਗ ਰਹੇ ਨੇ। 6-7 ਬੱਚੇ ਨੇ ਉਹਦੇ ਕਮਰੇ ਦੇ, ਕਮ ਸੇ ਕਮ ਉਹਨਾਂ ਨਾਲ ਤਾਂ ਗੱਲ ਕਰਾ। ਤਾਂ ਬਿਲਕੁਲ ਮੌਕੇ ਦੇ ਉੱਪਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ, ਅਸਲ ਕਾਰਨ ਕੀ ਆ, ਕਿਉਂ ਜਾ ਕੇ ਜਿਹੜਾ ਐਡਾ ਵੱਡਾ ਹਾਦਸਾ ਵਾਪਰਿਆ, ਹਰ ਇੱਕ ਸਵਾਲਾਂ ਦੇ ਜਵਾਬ ਹਜੇ ਮਿਲਣੇ ਬਾਕੀ ਨੇ। ਮਾਮਾ ਜੀ ਮੌਜੂਦ ਨੇ, ਕਿਸ ਤਰੀਕੇ ਨਾਲ ਐਂ ਕਹਿੰਦੇ ਪੁੱਛੋ, ਬੱਚਿਆਂ ਦੇ ਵੀ ਬਿਆਨ ਲਓ ਜੀ ਵੀ ਕੀ ਗੱਲਬਾਤ ਹੋਈ ਆ ਕੀ ਨਾ ਜੀ, ਛੋਟੇ ਬੱਚਿਆਂ ਦਾ ਬਿਆਨ ਤਾਂ ਲਓ, ਜਾਂ ਮੈਡਮ ਨੂੰ ਵੀ ਪੁੱਛੋ ਕੋਈ ਗੱਲ, ਨਾਲ ਦੇ ਬੱਚਿਆਂ ਤੋਂ ਹਰ ਇੱਕ ਜੀ, ਨਾਲ ਦੇ ਬੱਚਿਆਂ ਤੋਂ ਵੀ ਪਤਾ ਕਰੋ ਜੀ ਵੀ ਕੀ ਗੱਲਬਾਤ ਆ ਕੀ ਨਾ ਜੀ। ਤਾਂ ਬਿਲਕੁਲ ਪਰਿਵਾਰ ਦੇ ਵੱਲੋਂ ਹਰ ਇੱਕ ਕਾਰਵਾਈ ਨੂੰ ਜਾਂਚ ਦੇ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਬੱਚੇ ਦੀ ਅਸਲ ਮੌਤ ਦਾ ਕਾਰਨ ਕੀ ਆ, ਸਾਨੂੰ ਜਾਂਚ ਚਾਹੀਦੀ ਹੈ। ਮੈਡਮ ਕਿੱਥੇ ਹੈ? ਜਿਹੜੀ ਮੈਡਮ ਨੇ ਸਾਡੇ ਨਾਲ ਗੱਲ ਕਰਾਈ ਸੀ ਉਹ ਮੈਡਮ ਦੱਸੋ ਕਿੱਥੇ ਹੈ? ਤਾਂ ਬਿਲਕੁਲ ਲੁਕਦੀ ਹੈ। ਬਿਲਕੁਲ ਬਿਲਕੁਲ ਸਰ, ਵੱਡੇ ਹਾਦਸੇ ਤੋਂ ਬਾਅਦ ਜਿਹੜੇ ਪੇਰੈਂਟਸ ਨੇ, ਪਰਿਵਾਰ ਆ, ਉਹ ਜਾਂਚ ਦੀ ਮੰਗ ਕਰ ਰਹੇ ਆ, ਸਕੂਲ ਦੇ ਵਿੱਚ ਪੁਲਿਸ ਮੌਜੂਦ ਆ, ਸਵਾਲਾਂ ਦੇ ਜਵਾਬ ਬਾਕੀ ਨੇ ਕਿ ਬੱਚੇ ਦੇ ਵੱਲੋਂ ਅਸਲ ਐਡਾ ਵੱਡਾ ਕਦਮ ਕਿਉਂ ਚੁੱਕਿਆ ਗਿਆ, ਕਿਉਂ ਇੱਕ ਬੱਚਾ ਜਿਹਨੂੰ ਕਿ ਕੁਛ ਸਮਾਂ ਪਹਿਲਾਂ ਉਹਦੇ ਪੇਰੈਂਟਸ ਨੂੰ ਕਾਲ ਕੀਤੀ ਗਈ ਸੀ ਕਿ ਉਹ ਬੱਚਾ ਤੁਹਾਡਾ ਪੜ੍ਹ ਨਹੀਂ ਰਿਹਾ, ਤਾਂ ਉਸ ਤੋਂ ਬਾਅਦ ਬੱਚੇ ਦੇ ਵੱਲੋਂ ਐਡਾ ਵੱਡਾ ਕਦਮ ਚੁੱਕ ਲਿਆ ਗਿਆ, ਇਹ ਸਾਰੇ ਸਵਾਲਾਂ ਦੇ ਜਵਾਬ ਹਜੇ ਬਾਕੀ ਨੇ। ਹਰ ਇੱਕ ਜਾਣਕਾਰੀ ਨਿਊਜ਼ 18 ਪੰਜਾਬ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਦਿੱਤੀ ਜਾਊਗੀ। ਚਰਨਜੀਵੀ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।